ਇਹ ਜਿਹੜੀ ਖਾਸ ਅੱਜ ਦੀ ਵੀਡੀਓ ਹੈ ਇਹ ਇਸੇ ਕਰਕੇ ਕੀਤੀ ਗਈ ਆ ਕਿ ਆਪਾਂ ਵੀਡੀਓ ਬਣਾਉਣੀ ਕਿਵੇਂ ਆ। ਸੋ ਪਹਿਲੀ ਤਾਂ ਗੱਲ ਇਹ ਕਿ ਜਦੋਂ ਤੁਹਾਡੀ ਟੀਮ ਬੂਟੇ ਲਾ ਰਹੀ ਹੈ ਜਾਂ ਬੂਟੇ ਲਾਉਣ ਤੋਂ ਪਹਿਲਾਂ ਜਾਂ ਬੂਟੇ ਲਾਉਣ ਤੋਂ ਬਾਅਦ, ਸੋ ਤਿੰਨੇ ਸਿਚੁਏਸ਼ਨ 'ਚ ਤੁਸੀਂ ਆਪਣੀ ਟੀਮ ਦੇ ਕੋਲ ਖੜ ਕੇ ਇੱਕ ਜਣਾ ਕੋਈ ਵੀ ਬੰਦਾ ਉਸ ਬਾਰੇ ਦੱਸ ਸਕਦਾ। ਅਤੇ ਇਹਦੇ ਵਿੱਚ ਚਾਰ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਕਿ ਪਹਿਲੀ ਗੱਲ ਤਾਂ ਇਹ ਕਿ ਤੁਹਾਡੀ ਜਿਹੜਾ ਬੋਲਣ ਦਾ ਲਹਿਜ਼ਾ ਉਹ ਮਖੌਲੀਆ ਨਾ ਹੋਵੇ, ਵੀ ਆਪਾਂ ਨੂੰ ਇਹ ਫਨ ਸੇਕ ਐਕਟੀਵਿਟੀ ਨਹੀਂ, ਅਸੀਂ ਗੁਰਪੁਰਬ ਮਨਾ ਰਹੇ ਹਾਂ ਅਤੇ ਸਾਡੀ ਜਿਹੜੀ ਬੋਲਣ ਦਾ ਲਹਿਜ਼ਾ ਹੈ ਜਿਹੜਾ ਉਹ ਚੰਗਾ ਹੋਣਾ ਚਾਹੀਦਾ। ਅਤੇ ਦੂਜੀ ਗੱਲ ਇਹ ਕਿ 550 ਰੁੱਖ ਗੁਰੂ ਦੇ ਨਾਮ, ਇਸ ਮੁਹਿੰਮ ਦਾ ਨਾਮ ਜਿਹੜਾ ਉਹ ਤੁਸੀਂ ਜ਼ਰੂਰ ਬੋਲੋ ਆਪਣੀ ਵੀਡੀਓ ਦੇ ਵਿੱਚ ਕਿ ਇਸ ਮੁਹਿੰਮ ਦੇ ਨਾਲ ਅਸੀਂ ਇੰਨੇ ਬੂਟੇ ਅਸੀਂ ਅੱਜ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਲਾਏ। ਤਾਂ ਪਿੰਡ ਅਤੇ ਸ਼ਹਿਰ ਦਾ ਨਾਮ ਜਾਂ ਇਲਾਕੇ ਦਾ ਨਾਮ ਜ਼ਰੂਰ ਦੱਸੋ, ਆਪਣੀ ਸੰਸਥਾ ਦਾ ਨਾਮ ਬਹੁਤ ਜ਼ਰੂਰੀ ਹੈ, ਉਹ ਬਿਲਕੁਲ ਦੱਸਣਾ ਹੀ ਦੱਸਣਾ। ਅਤੇ ਲਾਸਟ ਵਿੱਚ ਜਿਹੜੀ ਲਾਸਟ ਗੱਲ ਤੁਸੀਂ ਕਰਨੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਇਹ ਵੀ ਬੇਨਤੀ ਕਰੋ ਕਿ ਹੋਰਨਾਂ ਨੂੰ ਵੀ ਕਹੋ ਇਸ ਮੁਹਿੰਮ ਦਾ ਜਿਹੜਾ ਹਿੱਸਾ ਬਣਨ, ਤਾਂ ਕਿ ਗੁਰੂ ਬਾਬੇ ਦੇ ਜਨਮ ਦਿਨ 'ਤੇ ਅਸੀਂ 550 ਰੁੱਖ ਹਰੇਕ ਇਲਾਕੇ ਵਿੱਚ ਲਵਾਉਣ ਦਾ ਜਿਹੜਾ ਐਲਾਨ ਕਰ ਦਈਏ। ਅਤੇ ਜਿਹੜੀਆਂ ਕੁਛ ਟੈਕਨੀਕਲ ਗੱਲਾਂ ਨੇ ਉਹ ਤੁਹਾਨੂੰ ਜਸਕਰਨ ਸਿੰਘ ਦੱਸਦੇ ਆ। ਵੀਡੀਓ ਬਣਾਉਣ ਵੇਲੇ ਕੁਝ ਕੁ ਜਿਹੜੀਆਂ ਤਕਨੀਕੀ ਗੱਲਾਂ ਦਾ ਜਿਹੜਾ ਸਾਨੂੰ ਧਿਆਨ ਰੱਖਣਾ ਵਾ ਕਿ ਬਹੁਤ ਸੌਖੀਆਂ ਜਿਹੀਆਂ ਕੁਛ ਦੋ ਚਾਰ ਗੱਲਾਂ ਨੇ ਕਿ ਵੀਡੀਓ ਬਣਾਉਂਦੇ ਸਮੇਂ ਆਪਾਂ ਜਿਹੜੇ ਆਪਣਾ ਮੋਬਾਈਲ ਫੋਨ ਜਾਂ ਕੈਮਰਾ ਵਾ ਉਹਨੂੰ ਆਪਾਂ ਪੋਰਟਰੇਟ ਯਾਨੀ ਕਿ ਇੱਦਾਂ ਨਾ ਰੱਖੀਏ, ਵਰਟੀਕਲ ਨਾ ਰੱਖੀਏ, ਉਹਨੂੰ ਆਪਾਂ ਲੈਂਡਸਕੇਪ 'ਚ ਰੱਖੀਏ। ਸੋ ਇਹਦੇ ਨਾਲ ਕੀ ਹੋਊਗਾ ਕਿ ਜਿਹੜੀ ਤੁਸੀਂ ਵੀਡੀਓ ਬਣਾਓਗੇ ਉਹ 'ਚ ਜ਼ਿਆਦਾ ਕੁਛ ਜਿਹੜਾ ਜ਼ਿਆਦਾ ਬੈਕਗਰਾਊਂਡ ਕਵਰ ਹੋਊਗਾ ਅਤੇ ਉਹਨੂੰ ਅਸੀਂ ਵੀ ਉਹਨੂੰ ਅੱਗੇ ਯੂਨੋ ਪਬਲਿਸ਼ ਕਰ ਸਕਾਂਗੇ। ਅਤੇ ਦੂਜੀ ਚੀਜ਼, ਤੁਹਾਨੂੰ ਆਪਣੀ ਲਾਈਟ ਦਾ ਥੋੜ੍ਹਾ ਧਿਆਨ ਰੱਖੀ ਕਿ ਕੋਸ਼ਿਸ਼ ਕਰਨਾ ਕਿ ਉਸ ਜਗ੍ਹਾ 'ਤੇ ਸ਼ੂਟ ਕਰੋ ਜਿੱਥੇ ਲਾਈਟ ਵਧੀਆ ਵਾ ਤਾਂ ਕਿ ਤੁਹਾਡੀ ਜਿਹੜੀ ਤੁਹਾਡੇ ਚਿਹਰੇ ਨੇ ਅਤੇ ਤੁਹਾਡਾ ਬੈਕਗਰਾਊਂਡ ਉੱਥੇ ਸੋਹਣਾ ਆ ਸਕੇ। ਅਤੇ ਜਿਹੜਾ ਆਲੇ ਦੁਆਲੇ ਦੀਆਂ ਆਵਾਜ਼ਾਂ ਨੇ, ਬੈਕਗਰਾਊਂਡ ਨੋਇਸ ਆ, ਉਹਦੇ ਤੋਂ ਥੋੜ੍ਹਾ ਜਿਹਾ ਤੁਹਾਨੂੰ ਸੰਕੋਚ ਕਿ ਉਹਦੇ ਵਿੱਚ ਤੁਹਾਨੂੰ ਵੀਡੀਓ ਸ਼ੂਟ ਕਰਨੀ ਪੈਣੀ ਹੈ ਕਿ ਤੁਹਾਡੀ ਆਵਾਜ਼ ਬੈਕਗਰਾਊਂਡ ਦੀਆਂ ਆਵਾਜ਼ਾਂ ਨਾਲੋਂ ਉੱਚੀ ਆਵੇ ਤਾਂ ਕਿ ਜਿਹੜਾ ਤੁਹਾਡਾ ਮੈਸੇਜ ਹੈ ਉਹ ਕਲੀਅਰ ਹੋਵੇ ਅਤੇ ਲੋਕਾਂ ਨੂੰ ਹੋਰ ਜਿਹੜੀਆਂ ਹੋਰ ਜਿਹੜੇ ਲੋਕ ਉਸ ਵੀਡੀਓ ਨੂੰ ਦੇਖ ਰਹੇ ਨੇ ਉਹਨੂੰ ਈਜ਼ੀਲੀ ਉਸ ਚੀਜ਼ ਨੂੰ ਸਮਝ ਸਕਣ। ਅਤੇ ਫੋਟੋਜ਼ ਦੇ ਨਾਲ ਨਾਲ ਤੁਸੀਂ ਆਪਣੀਆਂ ਵੀਡੀਓਜ਼ ਵੀ ਸਾਨੂੰ ਜ਼ਰੂਰ ਭੇਜੋ। ਅਤੇ ਵੀਡੀਓ ਤੁਸੀਂ ਕੋਸ਼ਿਸ਼ ਕਰੋ ਜਿੰਨੀ ਕੁ ਇੱਕ ਛੋਟੀ ਸਮਰਾਈਜ਼ਡ ਵੀਡੀਓ ਹੋ ਸਕੇ ਅਤੇ ਉਹਦੇ 'ਚ ਵੱਧ ਤੋਂ ਵੱਧ ਮੈਸੇਜ ਸਟ੍ਰੇਟ ਦੱਸਿਆ ਜਾਵੇ ਕਿ ਕੋਈ ਵੀ ਟੀਮ ਦਾ ਲੀਡਰ ਜਾਂ ਨੁਮਾਇੰਦਾ ਜਾਂ ਕੋਈ ਵੀ ਟੀਮ ਦਾ ਵਲੰਟੀਅਰ ਉਹਦੇ ਵਿੱਚ ਖੜ੍ਹਾ ਹੋ ਕੇ ਐਕਸਪਲੇਨ ਕਰ ਰਿਹਾ ਕਿ ਅੱਜ ਅਸੀਂ ਇੱਥੇ ਜਿੱਦਾਂ ਵੀਰ ਜੀ ਨੇ ਦੱਸਿਆ ਵਾ ਜਿਹੜੇ ਪੁਆਇੰਟਸ ਦੱਸੇ ਨੇ ਉਹ ਪੁਆਇੰਟਸ ਕਵਰ ਕਰੇ ਉਹਦੇ ਵਿੱਚ ਵਿਦਇਨ ਇੱਕ ਮਿੰਟ ਜਾਂ ਡੇਢ ਮਿੰਟ ਵਿੱਚ ਅਤੇ ਉਹਦੇ ਨੇ ਬੈਕਗਰਾਊਂਡ 'ਚ ਉਹਨਾਂ ਨੇ ਵਲੰਟੀਅਰਸ ਬੂਟੇ ਲਗਾਉਂਦੇ ਹੋਣ। ਸੋ ਇੱਦਾਂ ਦੀ ਵੀਡੀਓ ਜੇ ਤੁਸੀਂ ਸਾਨੂੰ ਭੇਜੋਗੇ ਤਾਂ ਇਟ ਵੁੱਡ ਬੀ ਰੀਲੀ ਹੈਲਪਫੁਲ। ਸੋ ਅਗੇਨ ਬੇਨਤੀ ਇਹੀ ਕਿ ਵੀਡੀਓ ਆਪਾਂ ਜ਼ਰੂਰ ਬਣਾਉਣੀ ਆ ਅਤੇ ਬੂਟੇ ਲੱਗਦਿਆਂ ਦੀ ਜੇ ਵੀਡੀਓ ਨਾਲ ਤੁਸੀਂ ਪਾ ਸਕੋ ਤਾਂ ਉਹ ਬਹੁਤ ਵਧੀਆ। ਜੇ ਤੁਸੀਂ ਇਹ ਨਾਲ ਪੋਸਟਰ ਫੜ ਲਓ ਅਤੇ ਹੋਰ ਵੀ ਵਧੀਆ, ਜਿਨ੍ਹਾਂ ਨੂੰ ਪੋਸਟਰ ਚਾਹੀਦੇ ਆ ਸਾਡੇ ਤੋਂ ਮੰਗਵਾ ਸਕਦੇ ਹੋ, ਅਸੀਂ ਤੁਹਾਨੂੰ ਔਨਲਾਈਨ ਵਰਜ਼ਨ ਵੀ ਦੇ ਸਕਦੇ ਹਾਂ ਤਾਂ ਕਿ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਕੋਈ ਆਪਣੇ ਬੈਨਰ ਬਣਵਾਉਣੇ ਆ, ਵੱਡੇ ਫਲੈਕਸ ਛਪਵਾਉਣੀ ਆ, ਸੋ ਕਿਸੇ ਵੀ ਤਰ੍ਹਾਂ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਵਾਸਤੇ ਹੈਲਪ ਚਾਹੀਦੀ ਆ, ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਨੰਬਰ 'ਤੇ ਜਿਹੜਾ ਸਕਰੀਨ 'ਤੇ ਹੁਣ ਡਿਸਪਲੇ ਹੋ ਰਿਹਾ, ਜਾਂ ਸਾਨੂੰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਜਿੱਦਾਂ ਹੀ ਸਾਰੀਆਂ ਟੀਮਾਂ ਜੁੜੀਆਂ, ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆ ਦੇ ਕੋਨੇ ਕੋਨੇ 'ਚ ਗੁਰੂ ਬਾਬੇ ਦੇ ਜਨਮ ਦਿਹਾੜੇ 'ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਅਸੀਂ ਆਪਣਾ ਜਿਹੜਾ 1 ਮਿਲੀਅਨ ਰੁੱਖਾਂ ਦਾ ਜਿਹੜਾ ਟੀਚਾ ਹੈ ਉਹ ਪੂਰਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।